हेलो एवरीवन, सत श्री अकाल सारिआं नूं। तुहाडा बहुत बहुत स्वागत है अज्ज दी क्लास। अज्ज आपां पढ़न जा रहे हैं पंजाब स्कूल एजुकेशन बोर्ड दी 8वीं क्लास दी किताब पंजाबी पुस्तक दूजी भाषा ते उहदा 9वां पाठ जो कि हैगा साडी धरती बारे। ते अज्ज चर्चा करांगे इस पाठ दे अभ्यास बारे। शुरू करदे हां। पहला छोटे उत्तर वाले प्रश्न, पहला ओजोन परत दा कांड किस तरह होया है? उत्तर मगोरे होण नाल। दूजा, ओजोन परत विच हो रहे मगोरे साडे किस अंग दा नुकसान करदे हन? उत्तर चमड़ी दा, स्किन दा। तीजा, ऑक्सीजन सानू कित्थों प्राप्त हुंदी है? उत्तर रुखां तों। चौथा, सानू एक एक बूंद किस चीज दी बचाउणी चाहीदी है? पानी दी। अगे संखेप उत्तर वाले प्रश्न, पहला मनुख ने वातावरण नु किवें गंदा किया है? उत्तर मनुख ने हवा ते पानी विच जहरीलियां गैसां ते जहरीले रसायन मिला के गंदा किया है। रुखां ते वर्डन करके धरती तो मनुखां दे सां लैण लई जरूरी ऑक्सीजन गैस दे सोमे कट गए हन। प्रदूषित हवा कारण ओजोन गैस विच मगोरे हो गए हन, जिस कारण सूरज दीआं खतरनाक ਪਰਾਬੈਂਗਣੀ ਕਿਰਨਾਂ ਸਾਡੇ ਸਰੀਰ ਉੱਤੇ ਸਿੱਧੀਆਂ ਪੈ ਕੇ ਸਾਡੀ ਚਮੜੀ ਨੂੰ ਰੋਗੀ ਕਰ ਰਹੀਆਂ ਹਨ। ਅਗਲਾ, ਆਬਾਦੀ ਦਾ ਵਾਧਾ ਵੀ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਦੂਜਾ ਪ੍ਰਸ਼ਨ, ਦੂਸ਼ਿਤ ਵਾਤਾਵਰਣ ਦਾ ਕੀ ਨੁਕਸਾਨ ਹੈ? ਉੱਤਰ ਮਨੁੱਖ ਦੂਸ਼ੀ ਵਾਤਾਵਰਣ ਵਿੱਚ ਜਿਉਂਦਾ ਨਹੀਂ ਰਹਿ ਸਕਦਾ। ਵੱਧਦੀ ਆਬਾਦੀ ਦੀਆਂ ਲੋੜਾਂ ਪੂਰੀ ਕਰਨ ਲਈ ਰੁੱਖ ਵੱਡੇ ਜਾਣ ਨਾਲ ਮਨੁੱਖ ਨੂੰ ਸਾਹ ਲੈਣ ਲਈ जरूरी ऑक्सीजन नहीं मिल रही, जहरीला पानी उसके शरीर विच बिगाड़ पैदा करता है ते ओजोन परत विच मगोरे होने कारण सूरज दिया पराबैंगनी किरणा साडे शरीर उत्ते पै के साडी चमड़ी नू रोगी बनाउंदियां हन। तीजा, पराबैंगनी किरणा किवें नुकसान करदियां हन? उत्तर ਪਰਾਬੈਂਗਣੀ ਕਿਰਨਾਂ ਜਦੋਂ ਸਿੱਧੀਆਂ ਸਾਡੇ ਸਰੀਰ ਉੱਤੇ ਪੈਂਦੀਆਂ ਹਨ ਤਾਂ ਇਹ ਸਾਡੀ ਚਮੜੀ ਨੂੰ ਰੋਗੀ ਬਣਾਉਂਦੀਆਂ ਹਨ। ਚੌਥਾ, ਮਨੁੱਖ ਨੂੰ ਸਾਹ ਲੈਣਾ ਵੀ ਕਿਉਂ ਦੁਭਰ ਹੋ ਗਿਆ ਹੈ? ਉੱਤਰ ਕਿਉਂਕਿ ਮਨੁੱਖ ਵੱਧਦੀ ਆਬਾਦੀ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਰੁੱਖਾਂ ਨੂੰ ਵੱਢੀ ਜਾ ਰਿਹਾ ਹੈ, ਜਿਸ ਕਰਕੇ ਰੁੱਖਾਂ ਤੋਂ ਪੈਦਾ ਹੋਣ ਵਾਲੀ ਆਕਸੀਜਨ ਜੋ ਕਿ ਮਨੁੱਖੀ ਸਾਹ ਲਈ ਜ਼ਰੂਰੀ ਹੈ ਘੱਟ ਪੈਦਾ ਹੋ ਰਹੀ ਹੈ, ਇਸ ਕਰਕੇ ਮਨੁੱਖ ਲਈ ਸਾਹ ਲੈਣਾ ਵੀ ਦੁਭਰ ਹੋ ਰਿਹਾ ਹੈ। ਪੰਜਵਾਂ, ਸਾਡੀ ਧਰਤੀ ਕਵਿਤਾ ਤੋਂ ਸਾਨੂੰ ਕੀ ਸੰਦੇਸ਼ ਮਿਲਦਾ ਹੈ? ਉੱਤਰ ਇਸ ਕਵਿਤਾ ਤੋਂ ਸਾਨੂੰ ਇਹ ਸੰਦੇਸ਼ ਮਿਲਦਾ ਹੈ ਕਿ ਸਾਨੂੰ ਧਰਤੀ ਉੱਪਰਲੇ ਵਾਤਾਵਰਣ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ, ਹਵਾ ਤੇ ਪਾਣੀ ਗੰਦੇ ਨਹੀਂ ਹੋਣ ਦੇਣੇ ਚਾਹੀਦੇ ਤੇ ਰੁੱਖ ਨਹੀਂ ਵੱਢਣੇ ਚਾਹੀਦੇ, ਨਾਲ ਹੀ ਉਹਨਾਂ ਗੈਸਾਂ ਦਾ ਰਿਸਣਾ ਘਟਾਉਣਾ ਚਾਹੀਦਾ ਹੈ ਜੋ ਓਜ਼ੋਨ ਵਿੱਚ ਮਗੋਰੇ ਪੈਦਾ ਕਰਦੀਆਂ ਹਨ। ਅੱਗੇ ਕੁਝ ਹੋਰ ਪ੍ਰਸ਼ਨ ਨੇ, ਜਿਵੇਂ ਇੱਥੇ ਕਿਹਾ 17 ਪੂਰੀਆਂ ਕਰੋ। ਉੱਤਰ ਮੈਂ ਲਿਖਿਆ, ਆਕਸੀਜਨ ਦੱਸੋ ਕਿੱਥੋਂ ਆਉਂਦੀ? ਆਓ ਜੇ ਧਰਤੀ ਤੇ ਰੁੱਖ ਰਹੇ ਨਾ, ਐੜਾ ਇਸ ਵਿੱਚ ਹੋ ਰਹੇ ਨਿੱਤ ਮਗੋਰੇ ਚਮੜੀ ਦਾ ਕਰਦੇ ਨੁਕਸਾਨ, ਈੜੀ ਪਰਾਬੈਂਗਣੀ ਕਿਰਨਾਂ ਹੁੰਦੀਆਂ ਸਭ ਦੇ ਲਈ ਹੀ ਜ਼ਹਿਰ ਸਮਾਨ, ਸੱਸਾ ਕਿੰਨੇ ਦੁੱਖ ਨਾਲ ਕਹਿਣਾ ਪੈਂਦਾ ਅਜੇ ਵੀ ਸੁੱਤਾ ਪਿਆ ਇਨਸਾਨ, ਹਾਹਾ ਵਾਤਾਵਰਣ ਚ ਗੰਦਗੀ ਭਰ ਕੇ ਓਜ਼ੋਨ ਪਰਤ ਦਾ ਕੀਤਾ ਕਾਂਡ। ਅੱਗੇ ਵਿਰੋਧੀ ਸ਼ਬਦ ਲਿਖੋ, ਸ਼ਬਦ ਨੇ ਗੰਦਗੀ ਸਿੱਧੀਆਂ ਨਿੱਤ ਦੁੱਖ ਆਸਾਨ। ਉੱਤਰ ਹੈਗਾ ਗੰਦਗੀ ਦੇ ਲਈ ਸਫਾਈ, ਸਿੱਧੀਆਂ ਵਿੰਗੀਆਂ ਪੁੱਠੀਆਂ, ਨਿੱਤ ਜਾਂ ਕਦੀ ਕਦੀ ਦੁੱਖ ਸੁੱਖ ਆਸਾਨ ਮੁਸ਼ਕਿਲ। ਤੀਜਾ, ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਸ਼ਬਦ ਲਿਖੋ, ਪੰਜਾਬੀ ਹਿੰਦੀ ਤੇ ਫਿਰ ਅੰਗਰੇਜ਼ੀ ਚ। ਧਰਤੀ ਧਰਤੀ ਅਰਥ, ਉਵੇਂ ਹੀ ਰੁੱਖ ਵਰਿਕਸ਼ ਟ੍ਰੀ, ਚਮੜੀ ਚਮੜੀ ਸਕਿਨ, ਹਵਾ ਹਵਾ ਏਅਰ, ਪਾਣੀ ਜਲ ਵਾਟਰ, ਖਤਰਾ ਖਤਰਾ ਡੇਂਜਰ। ਅੱਗੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਤੁਸੀਂ ਕਿਹੜੇ ਕਿਹੜੇ ਕੰਮ ਕਰ ਸਕਦੇ ਹੋ? ਉੱਤਰ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ।
ਧੂਆਂ ਛੱਡਣ ਵਾਲੇ ਵਾਹਨਾਂ ਦੀ ਵਰਤੋਂ ਘਟਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਧੂਆਂ ਛੱਡਣ ਤੇ ਜ਼ਹਿਰੀਲੇ ਪਦਾਰਥਾਂ ਦਾ ਪਾਣੀ ਤੇ ਸੋਤਾਂ ਵਿੱਚ ਨਿਕਾਸ ਕਰਨ ਵਾਲੀਆਂ ਫੈਕਟਰੀਆਂ ਨੂੰ ਅਜਿਹਾ ਕਰਨ ਤੋਂ ਬੰਦ ਕਰਨਾ ਚਾਹੀਦਾ ਹੈ। ਸਾਨੂੰ ਧਰਤੀ ਉੱਤੇ ਕੂੜਾ ਵੀ ਨਹੀਂ ਖਿਲਾਰਨਾ ਚਾਹੀਦਾ ਹੈ ਤੇ ਨਾ ਹੀ ਬਹੁਤ ਉੱਚੇ 뮤직 ਯੰਤਰ ਡੀਜੇ ਜਾਂ ਜਨਰੇਟਰ ਲਾ ਕੇ ਆਲੇ ਦੁਆਲੇ ਵਿੱਚ ਸ਼ੋਰ ਪ੍ਰਦੂਸ਼ਣ ਪੈਦਾ ਕਰਨਾ ਚਾਹੀਦਾ ਹੈ। ਤੇ ਸੀ ਕਿ ਅੱਜ ਦੀ ਕਲਾਸ। ਉਮੀਦ ਕਰਦੀ ਹਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਤੁਹਾਨੂੰ ਸਮਝ ਆ ਗਏ ਹੋਣਗੇ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।